ਗਵਾਂਢੀ ਆ ਗਏ ਭਾਈ ਡਾਂਗਾ ਲੈ ਕੇ ਵੀ ਕਿਤੇ ਇਹ ਚੋਰ ਤਾਂ ਨਹੀਂ ਆ ਗਿਆ ਓਏ ਮੇਰੇ ਤਾਂ ਪੁੜੇ ਕੁੱਟਦੇ ਤੇ ਕੀ ਟੋਕੇ ਮਗਦੇ ਚਲੋ ਵਖ ਚਲੋ ਪੁੱਠੀ ਮੈਂ ਜਾਈ ਆਏ ਤੇ ਵੀ ਜਾਵਾਂਗੇ ਉਹਨੇ ਹਾਂ ਤੁਸੀਂ ਕੀ ਲੈ ਤੁਹਾਨੂੰ ਉੱਥੇ ਆਉਣੇ ਆਓ ਚੱਲ ਲੈ ਪ੍ਰਧਾਨ ਇਹ ਦੁਨੀਆ ਨੂੰ ਤਾਂ ਜਿਵੇਂ ਮਰਜ਼ੀ ਚੱਕਰਾਂ ਚ ਪਾ ਲਾ ਇੱਕ ਨੂੰ ਤਾਂ ਆਪਾਂ ਚੱਕਰ ਚ ਪਾਇਆ ਏ ਇੱਕ ਆ ਹੁਣ ਗਰਲਾਲ ਸਿੰਘ ਨੂੰ ਦੇਖਦੇ ਆ ਇਹਦੇ ਵੀ ਆਪਾਂ ਰੇਸ ਤੇ ਪੈਰ ਧਰ ਦੇਣਾ ਇਹ ਤਾਂ ਲਾਈ ਲੱਗ ਲੋਕ ਨੇ ਇਹਨਾਂ ਦਾ ਕਿਸੇ ਗੱਲ ਦੀ ਪੜਤਾਲ ਕਰਦਾ ਕੋਈ ਵੀ ਕਿਹਨੇ ਕਿਹਾ ਕੌਣ ਕਿਹਾ ਇਹਨਾਂ ਦਾ ਜਿਵੇਂ ਮਰਜ਼ੀ ਕਹਦੇ ਉਵੇਂ ਬਣੀ ਜਾਂਦਾ ਲਿਆ ਤੇਰੀ ਭੈਣ ਦਾ ਚਾਰ ਦੀ ਮੁਸਕ ਮਾਰ ਲਹਿਰੀ ਆ ਓਏ ਇਹਦੇ ਧਰਦਿਆਂ ਰੇਸ ਤੇ ਪੈਰ ਨਾਲੇ ਇਹ ਚੰਗਾ ਖਾਂਦਾ ਵੀ ਚੰਗਾ ਭੋਗ ਤੇ ਇਹਦੇ ਕਹਿਣਾ ਵੀ ਭੋਗ ਤੇ ਚੱਲੂਗਾ ਉਹ ਗਰਲਾਲ ਗਰਲਾਲ ਸਿਆ ਇੱਕ ਤਾਂ ਇਹਨੂੰ ਧਨੋਗੇ ਨੂੰ ਉੱਚਾ ਸੁਣਦਾ ਸਿਆਪਾ ਇਹਦੇ ਲਵੇ ਜਾਣਾ ਪਊਗਾ ਇਹ ਪਤਾ ਨਹੀਂ ਇਹ ਲੋਕ ਪਾਉਂਦੇ ਕਾਤਨ ਵੈਸੇ ਸੜੇ ਹਾਣ ਉਹ ਗਰਲਾਲ ਨਾ ਐਡੇ ਐਡੇ ਤਾਂ ਸਾਫੇ ਬੰਨ ਲੈਂਦੇ ਨੇ ਪਰਨੇ ਤੂੰ ਇਹਨਾਂ ਨੂੰ ਸੁਣ ਸੁਣਾ ਉਹ ਗਰਲਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਾ ਠੀਕ ਆ ਓਏ ਮੈਂ ਤੈਨੂੰ ਉੱਥੋਂ ਬੋਲ ਮਾਰ ਦਾਣਾ ਤਾਂ ਤੈਂ ਛਾਲ ਮਾਰੀ ਡਰ ਗਿਆ ਤੂੰ ਓਏ ਹੋਰ ਡਰ ਗਿਆ ਤੀ ਮੈਂ ਤਾਂ ਇਹ ਸੁਣਦਾ ਉੱਚਾ ਸੁਣਦਾ ਕੰਨਾਂ ਤੋਂ ਓਏ ਤੂੰ ਉਹ ਮਸ਼ੀਨਾਂ ਹੀ ਲਵਾ ਲਾ ਤਾਂ ਕਿਹੜੀਆਂ ਹੁੰਦੀਆਂ ਨੇ ਕੰਨਾਂ ਤੇ ਲਾਉਂਦੀਆਂ ਨੇ ਉਹ ਕੰਨਾਂ ਤੇ ਲੱਗਦੇ ਆ ਡਾਕਟਰ ਤੇ ਹੋ ਅੱਛਾ ਆਪਣੇ ਹਸਪਤਾਲ ਚ ਸੰਗਰੂਰ ਉਹ ਲੱਗ ਜੂ ਮਸ਼ੀਨ ਤੈਨੂੰ ਤਾਂ ਐ ਸੁਣਿਆ ਕਰੂ ਟਕ ਟਕ ਦੀ ਆਵਾਜ਼ ਪੂਰੀ ਤੰਗੀ ਹੋ ਰਿਹਾ ਜੀ ਕਹ ਤੂੰ ਸਾਹਮਣੇ ਜਿਹੜਾ ਚਾਰੇ ਪਾਉਨੇ ਆ ਹੁਣ ਕੀ ਕਰੀਏ ਫਿਰ ਇਹਨਾਂ ਨੂੰ ਗੰਦ ਮੰਦਣੀ ਹੋਰ ਕੀ ਓਏ ਆ ਕਿੱਥੋਂ ਛੇੜ ਕੇ ਤੁਸੀਂ ਗੰਦਾ ਲਾਮ ਕਮ ਇਹਦਾ ਪ੍ਰਧਾਨ ਜੀ ਹੁਣ ਆਇਆ ਦੇਖੋ ਹਾਂ ਵੀ ਸਿਆਣੇ ਹੋ ਮੇਰੀ ਗੱਲ ਸੁਣੋ ਹਾਂ ਹੁਣ ਇਹ ਪਾ ਲਿਆ ਆਪਾਂ ਨੇ ਮਿਹਨਤ ਕਰ ਲਈ ਅੱਛਾ ਜਿਹੜੀ ਤੂੜੀ ਆ ਕਿ ਨਾ ਹਾਂ ਗਾਹਾਂ 2000 ਨੂੰ ਵਿਕ ਜੂਗੀ ਆਪਣੀ ਅੱਛਾ ਹਾਂ ਪੈਸੇ ਬਟਣਾ ਉਹਦੇ ਹਾਂ ਪੈਸਾ ਕਰਕੇ ਆਪਾਂ ਕਮਾਈ ਕਰਦੇ ਆ ਹੁਣ ਇਹਨੂੰ ਲੈ ਲਾਂਗੇ ਨਾਲੇ ਖਾਣ ਕੇ ਵਧੀਆ ਮਿੱਠੀ ਆ ਦੇਖ ਕਹੀ ਚੀਜ਼ ਆ ਸੁੰਘ ਕੇ ਦੇਖ ਤੂੰ ਓਏ ਮੈਂ ਤਾਂ ਸੁੰਘ ਕੇ ਹੱਥੋਂ ਆਉਣਾ ਕਰ ਬਸ ਨਾ ਉਹ ਨਾ ਛੇੜ ਮੈਨੂੰ ਇਹਦੀ ਬਦਬੋ ਦੂਰੋਂ ਚੜਦੀ ਆ ਨਾ 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 ਇਹ ਕਿਹੜਾ ਸ਼ਰਾਬ ਆ ਵਿੱਚ ਦੇਖੂ ਸੁੰਘ ਕੇ ਤਾਂ ਦੇਖ ਮਿੱਠੀ ਆ ਇਹਦਾ ਜਿਹੜੇ ਇਹ ਲੋਕ ਚਾਰ ਪਾਉਂਦੇ ਨੇ ਵਿੱਚੇ ਤੂੰ ਆ ਗਿਆ ਅੱਛਾ ਇਹਦਾ ਤਾਂ 2 ਸਾਲਾਂ ਨੂੰ ਪਤਾ ਲੱਗੂਗਾ ਉਰਾ ਆ ਜਾ ਮੈਂ ਤੈਨੂੰ ਗੱਲ ਸੁਣਾਉਣਾ ਅੱਛਾ ਇਹ ਜਿਹੜੇ ਚਾਰ ਪਾਉਂਦੇ ਨੇ ਮੇਰੇ ਸਾਲੇ ਦਾ ਮੁੰਡਾ ਲੱਗਿਆ ਹੋਇਆ ਬੰਬੇ ਡਾਕਟਰ ਚ ਅੱਛਾ ਡਾਕਟਰੀ ਲੈਣ ਚ ਬੜਾ ਅਫਸਰ ਆ ਪੂਰਾ ਅੱਛਾ ਅੱਛਾ ਉਹਨੇ ਮੈਨੂੰ ਦੱਸਿਆ ਕਹਿੰਦਾ ਫੁੱਫੜਾ ਜਿਹੜਾ ਆਪਣੇ ਤੁਹਾਡੇ ਏਰੀਏ ਦੇ ਵਿੱਚ ਆ ਚਾਰ ਚੂਰ ਦਾ ਸਿਸਟਮ ਚੱਲਿਆ ਇਹ ਤਾਂ ਬਹੁਤ ਭੈੜਾ ਅੱਛਾ ਜੀ ਕਹਿੰਦਾ ਵੀ ਜਿਹੋ ਜਿਹਾ ਪਸ਼ੂ ਖਾਊਗਾ ਉਹ ਹੈ ਜੀ ਦੁੱਧ ਦੇਊਗਾ ਉਹ ਹੈ ਜੀ ਤੁਹਾਡਾ ਗਾਂ ਤੁਹਾਡੀ ਸਿਹਤ ਖਰਾਬ ਕਰੂਗਾ ਹਸਪਤਾਲ ਦਾ ਪਹਿਲੀ ਭਰੇ ਪਰੇ ਨੇ ਉਹ ਤੁਹਾਡੀ ਗੱਲ ਠੀਕ ਆ ਇਹ ਲੋਕ ਵਿਚਾਰੀ ਮੱਕੀ ਬੀਜਣ ਲੱਗ ਗਏ ਫਿਰ ਇਹ ਸਾਰੀ ਮਾਰ ਹੋ ਜਾਣਗੇ ਫਿਰ ਲੋਕ ਉਹ ਸਾਰੀ ਤਾਂ ਹੋਊ ਜਿੰਨੇ ਜਿੰਨੇ ਪਾਉਣਗੇ ਚਾਰ ਇਹਦਾ ਘਟਦੀ ਦਾ ਪਹਿਰਾ ਆ ਗਿਆ ਇਹਦੇ ਤਾਂ ਹੀ ਖੜ ਕੇ ਸਹੀ ਗੱਲ ਠੀਕ ਹਾਂ ਕਿਉਂ ਨਾ ਤਾਂ ਹੁਣ ਅਗਲੇ ਨੂੰ ਬਰਸੀਨ ਬੀਜਣ ਦੀ ਲੋੜ ਆ ਨਾ ਅਗਲੇ ਨੂੰ ਚਰੀ ਬੀਜਣ ਦੀ ਲੋੜ ਆ ਆ ਭੱਜ ਕੇ ਪਾਉਂਦੇ ਨੇ ਆ ਕੇ ਦੱਬਦਾ ਨੇ ਗੰਦ ਨੂੰ ਥੱਲੇ ਇੱਕ ਮੈਨੂੰ ਕਹਿੰਦਾ ਬਾਈ ਬਾਈ ਇਹਦਾ ਡੰਗਰ ਭੱਜ ਭੱਜ ਖਾਣਗੇ ਅੱਛਾ ਉਹ ਮੈਂ ਉਹਨੂੰ ਕਿਹਾ ਬੋਲੇ ਬੰਦੇ ਜੇ ਤੈਨੂੰ 7 ਦਿਨ ਰੋਟੀ ਨਾ ਦੇ ਤੈਨੂੰ ਆਉਣ ਸਾਰ ਪ੍ਰਸ਼ਾਦੇ ਮਿੱਠੇ ਦੇ ਦੇ ਮਿੱਠੀਆਂ ਰੋਟੀਆਂ ਦੇ ਦੇ ਭਾਵੇਂ ਬਾਸੀ ਹੋਣ ਤੂੰ ਜਰਕ ਜਰਕ ਪੀਸੇਗਾ ਮੜੀ ਪਿੱਛੇ ਰੱਖੋ ਕੀ ਗੱਲ ਕਰੋਨਾ ਹੋਇਆ ਤੈਨੂੰ ਗਰਮੈਸ਼ ਹੋ ਜਾਂਦੀ ਜੀ ਅੱਛਾ ਉਹ ਗਰਮੈਸ਼ ਤਾਂ ਇਹ ਕਰੂਗੀ ਤੈਨੂੰ ਸਰਕਾਰਾਂ ਪਿੱਛੇ ਕਹਿੰਦੀ ਹੁੰਦੀ ਦੇਖਣਾ ਵੀ ਕਰੋਨਾ ਕਰੋਨੇ ਨੇ ਤਾਂ ਮਾਰਤੇ ਅੱਧੇ ਲੋਕ ਭੁੱਖੇ ਲਾ ਮਾਰਦੇ ਹਾਂ ਸਹੀ ਗੱਲ ਹੋਣੀ ਹਾਂ ਉਹਦਾ ਕਈਆਂ ਦੇ ਕੰਮ ਖੜ ਗਏ ਕਈਆਂ ਦੀਆਂ ਕਿਸ਼ਤਾਂ ਟੁੱਟ ਗਈਆਂ ਹਾਂ ਸਹੀ ਗੱਲ ਹੈ ਆ ਲੈ ਮੈਨੂੰ ਤੇ ਇਹਦੀ ਬਦਬੋ ਚੜੀ ਜਾਂਦਾ ਤੈਨੂੰ ਨਹੀਂ ਚੜਦੀ ਨਾ ਇਹਦਾ ਮਿੱਠੀ ਆ ਜੀ ਜੀ ਇਹਦਾ ਗੁੜ ਵਰਗੀ ਤਾਂ ਪਈ ਆ ਇਹ ਅਰੇ ਮੈਂ ਤੈਨੂੰ ਦਿਖਾਉਣਾ ਉਹ ਬਸ ਫੇਰ ਨਾ ਫੇਰ ਇਹਦੇ ਲੈ ਉਹ ਨਾ ਖਦਮਾ ਮੇਰੇ ਕਣੀ ਆਉਂਦੇ ਆ ਠੀਕ ਕਰਾਂਗੇ ਮੈਨੂੰ ਤਾਂ ਹੋਰ ਇਹਦਾ ਦੂਰੋਂ ਆਇਆ ਬਦਬੋ ਚੜਦੀ ਆ ਤੁਸੀਂ ਇੱਧਰ ਕਿੱਧਰੋਂ ਆਏ ਤੇ ਉਹ ਮੈਂ ਤਾਂ ਇੱਧਰੋਂ ਆਇਆ ਸੀ ਮੈਂ ਕਿਹਾ ਵੀ ਜਾਂਦਾ ਜਾਂਦਾ ਗਰਲਾਲ ਸਿੰਘ ਨੂੰ ਵੀ ਦੱਸ ਜੀਏ ਅੱਛਾ ਕਿਉਂ ਤੜਕੇ ਆਪਣੇ ਲੱਡੂ ਕੇ ਨਹੀਂ ਹਾਂ ਉਹਨਾਂ ਦਾ ਬੁੜਾ ਗੁਜ਼ਰ ਗਿਆ ਸੀ ਅੱਛਾ ਉਹਨਾਂ ਦੇ ਤੜਕੇ ਭੋਗਾ ਕੱਲ ਨੂੰ ਐਤਵਾਰ ਆ ਠੀਕ ਆ ਹਾਂ ਠੀਕ ਆ ਠੀਕ ਆ ਉੱਥੇ ਆਪਾਂ ਭੋਗ ਤੇ ਚੱਲਣਾ ਕੱਲ ਨੂੰ ਫਿਰ ਮੈਨੂੰ ਤਾਂ ਪਤਾ ਨਹੀਂ ਲੱਗਿਆ ਕਿ ਨਾ ਤੂੰ ਫਿਰ ਗੌਰ ਘੱਟ ਰੱਖਦਾ ਨਾ ਤੂੰ ਤਾਂ ਚਾਰ ਦਾ ਮਾਰਿਆ ਮੈਂ ਰਿਹਾ ਤਾਂ ਦੇਖ ਲਓ ਕਰਨ ਲੱਗ ਰਿਹਾ ਐਦੀ ਮੁਸਕ ਨੇ ਤਾਂ ਤੇਰਾ ਅੱਧਾ ਬੋਲਾ ਕਰਤਾ ਤੂੰ ਹਲੇ ਹੋਰ ਕਰ ਦੇਗਾ ਚਲੋ ਜੀ ਤੂੰ ਐ ਕਰੀ ਚਲੋ ਵਧੀਆ ਨਾਲੇ ਲੱਡੂ ਖਾ ਲਾਂਗੇ ਮਿੱਠਾ ਮਿੱਠਾ ਖਾ ਲਾਂਗੇ ਲੱਡੂ ਵੀ ਖਾਵੇਂ ਪੂਰਾ ਮਾਲ ਬਣਿਆ ਹੈ ਇਹ ਤਾਂ ਐ ਕਹਿੰਦੇ ਨੇ 100 ਸਾਲ ਤੋਂ ਕਹਿੰਦੇ ਟੱਪ ਗਿਆ ਕੋਤਰ ਸਾਹਿਬ ਕਹਿੰਦੇ ਨੇ ਅੱਛਾ ਉਹਨਾਂ ਦਾ ਬਹੁਤ ਸਮਾਨ ਬਣਿਆ ਹੋਇਆ ਕਲਾਕੰਦ ਬਰਫੀ ਗੁਲਾਬ ਜਾਮਣਾ ਕਹਿੰਦੇ ਨੇ ਪੂਰਾ ਮਾਲ ਬਣਿਆ ਹੋਇਆ ਠੀਕ ਹੈ ਠੀਕ ਹੈ ਚਲੋ ਹਾਂ ਖਾਵਾਂਗੇ ਤਾਂ ਆਵਾਂਗੇ ਜ਼ਰੂਰ ਆਵਾਂਗੇ ਹਾਂ ਤਾਂ ਕਿ ਮੈਂ ਕਿਹਾ ਵੀ ਘਰ ਦਾ ਬੰਦਾ ਚੱਲ ਇਹਨੂੰ ਸੁਨੇਹਾ ਲਾ ਦੇਣੇ ਠੀਕ ਹੱਕ ਬੰਦਾ ਉਹਨਾਂ ਨੇ
होका मराता। अच्छा वो कहंदे भाई सारे पिंड ने गुरु घर आके दर्श देना नाले भोग ते अरदास शामिल होना। अपने गमांड गमूंड नहीं कहना गल रिश्तेदार नहीं कहने वो रिश्तेदार तो अगले कहेंगे। अच्छा और आपा कहेंगे अपा जेड़े पिंड दे सारे बंदे जानगे। अच्छा ठीक है ठीक है। हां छड़ा नहीं करनी कम तो कर ला पर चार आला मेनू कम ठीक नहीं लगता थोड़ा। तू तो अमीर बंदा तेरा सर जुआ छड़ा नहीं छड़ा। ओए गंद पै रहा गंद अमीर गरीब का नहीं भी पै जाता कहां हस्पताल भरे पै रहनगे ओखा जा हो जांदा फिर कहां कना। हां ਇਹ ਗੱਲ ਹੈ ਨਾ ਐ ਕਰ ਤੂੰ ਤਾਂ ਹੁਣ ਆਪਦਾ ਚੱਲ ਕਰੇਗਾ ਇਹ ਕੰਮ ਕਰੀ ਜਾ ਮੈਨੂੰ ਜਾਣ ਦੇ ਠੀਕ ਹੈ ਚੰਗਾ ਚੰਗਾ ਜੀ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਸਤਿ ਲੈ ਕਰ ਹੁਣ ਬਗਿਆ ਚੱਲ ਐਵੇਂ ਕਿਸੇ ਰੇਸ ਦੇ ਪੈਰ ਹੋਰ ਧਰ ਦਾਂਗੇ ਇਹਨੂੰ ਤਾਂ ਲੈ ਬੋਲੇ ਨੂੰ ਐ ਨਹੀਂ ਪਤਾ ਵੀ ਲੱਡੂ ਕੇ ਬੁੜੇ ਨੂੰ ਤਾਂ ਕਿੰਨਾ ਚਿਰ ਹੋ ਗਿਆ ਗੁਜਰੇ ਨੂੰ ਕਰਦਾ ਉਸ ਨੂੰ ਪਤਾ ਹੁੰਦਾ ਬਹੁਤ ਚੀਜ਼ ਵਧੀਆ ਜਿਹੜੀ ਬਾਲਟੀ ਫੁੱਲ ਦੇਵਾਂਗੇ ਜੇ ਇੱਥੇ ਇੱਥੇ ਆਊਗਾ ਕੋਈ ਇਹ ਕਿਹੜਾ ਇੱਥੇ ਆਉਂਦੇ ਨੇਗੇ ਆਹ ਮੌਸਮ 'ਚ ਤਾਂ ਲੱਗਣ ਉਹ ਵੀ ਹਟ ਜਾਂਦੇ ਨੇਗੇ ਵੀ ਹਾਏ ਆਹ ਤਾਇਆ ਕਿੱਧਰ ਫਿਰਦਾ ਗਾ ਇਹਨੂੰ ਪੁੱਛ ਦਿਆਂਗੇ ਇਹ ਕਿੱਧਰ ਫਿਰਦਾ ਗਾ ਉਰਾਂ ਚੱਲ ਇਹਨੂੰ ਦੇਖ ਦਿਆਂਗੇ ਕੀ ਕਹਿੰਦਾ ਗਾ ਭਲਾ ਲੈ ਉਹਦੇ ਤਾਂ ਧਰਤਾ ਪਰ ਇਸ 'ਤੇ ਪੈਰ ਉਹਨੂੰ ਤਾਂ ਕਹਿਤਾ ਵੀ ਭੋਗ ਤੇ ਆ ਜੀ ਇਹਨੂੰ ਕਹਿ ਦਾਂਗੇ ਵੀ ਸਾਗਨ ਤੇ ਆ ਜੀ ਨਹੀਂ ਤਾਂ ਦੇਖਦੇ ਹਾਂ ਪ੍ਰੋਗਰਾਮ ਇਹਦਾ ਆਰਾਮ ਨਾਲ ਕੱਦੂ ਲੈ ਲਿਆ ਟੋਲ ਬੋਲਾ ਉਹ ਪੀਮਾ ਉਹ ਹਾਂ ਤਾਇਆ ਉਹ ਕਿੱਧਰ ਫਿਰਦਾ ਉਹ ਵੇਲਾਈਆਂ ਚ ਕੱਦੂ ਦੇਖਦੇ ਫਿਰਦੇ ਤੇਗੇ ਫਿਰ ਤੜਕੀ ਮੰਡੀ ਚ ਲੈ ਜਾਣਾ ਗੇ ਅੱਛਾ ਸਬਜ਼ੀ ਲਾ ਰੱਖੀ ਆ ਹੋਰ ਸਬਜ਼ੀ ਲਾ ਰੱਖੀ ਆਪਾਂ ਨੇ ਅੱਛਾ ਜੀ ਮੈਂ ਬੀਗਾ ਕਿੱਥੋਂ ਦੀ ਮਾ ਚੱਲ ਲਾ ਦੇਣੇ ਆਗੇ ਹੋ ਜਾਂਦੇ ਨੇ ਵਧੀਆ ਸਬਜ਼ੀ ਰੇਟ ਵਧੀਆ ਆ ਰਿਹਾ ਹੁਣ ਸਬਜ਼ੀ ਦਾ ਇਹ ਤਾਂ ਠੀਕ ਹੈ ਵੀ ਸੂਤ ਆਇਆ ਸੌਦਾ ਇਤਨੀ ਬਾਰਸਾਂ ਹਾਂ ਬਾਰਸਾਂ ਇਤਨੀ ਘੱਟ ਹੋਈਆਂ ਨੇ ਹਾਂ ਇਹਦੇ ਕਰਕੇ ਸਬਜ਼ੀ ਦਾ ਰੇਟ ਚੰਗਾ ਰਿਹਾ ਹਾਂ ਪਹਿਲਾਂ ਲਾਇਆ ਹੋਇਆ ਸੀ ਕਿੱਲਾ ਇਹ ਆਪਣਾ ਅੱਛਾ ਫਿਰ ਵਿੱਚ ਤਾਂ ਆਪਾਂ ਨੇ ਬਾਗੇ ਜੀਰੀ ਲਾਤੀ ਅੱਛਾ ਇਹ ਇੰਨੇ ਕੇ ਰੱਖ ਲਏ ਤੇ ਮੈਂ ਚੱਲ ਮੰਡੀ ਮੁੱਡੀ ਚ ਲੈ ਜਾਾਂਗੇ ਰੇਟ ਆ ਜਾਂਦਾ ਕਈ ਕਿੱਲਾ ਆਓ ਚੱਲ ਘਰ ਵਾਸਤੇ ਵੀ ਲੋੜ ਰਹਿੰਦੀ ਆ ਸਬਜ਼ੀ ਦੀ ਘਰ ਤੇਰੇ ਮੇਰੇ ਵਰਗਾ ਵੀ ਖਾ ਲੈਂਦਾਗਾ ਅੱਛਾ ਉਹਦਾ ਠੀਕ ਆ ਤੇਰੀ ਗੱਲ ਵਧੀਆ ਰਹਿ ਤਾਂ ਦੋ ਪੈਸੇ ਬਣ ਜਾਂਦੇ ਨੇ ਜ਼ਿਮੀਦਾਰ ਨੂੰ ਹਾਂ ਜ਼ਿਮੀਦਾਰ ਦਾ ਫਾਇਦਾ ਹੋ ਜਾਂਦਾ ਹਾਂ ਇਹਦਾ ਆਪਾਂ ਕਰਦੇ ਨਹੀਂ ਹੈਗੇ ਵਧੀਆ ਚੀਜ਼ ਆ ਗਈ ਪੂਰਾ ਰੇਟ ਬਣਦਾ ਜਿਹਦਾ ਆਪਾਂ ਲਾਉਣਾ ਚਾਹੀਦਾ ਆਪਾਂ ਨੂੰ ਕੀਲਾ ਕੀਲਾ ਇੱਕ ਹਾਂ ਉਹ ਤਾਂ ਗੱਲ ਠੀਕ ਹੈ ਕਿੱਧਰ ਫਿਰਦਾ ਤੀ ਆ ਉਹ ਮੈਂ ਤਾਂ ਇੱਧਰ ਹੀ ਆਇਆ ਸੀ ਤੈਨੂੰ ਕੋਈ ਖੁਸ਼ਖਬਰੀ ਦੇਣ ਅੱਛਾ ਹਾਂ ਤੜਕੇ ਆਪਣੇ ਸਗਨ ਦਾ ਪ੍ਰੋਗਰਾਮ ਆ ਆਪਣੇ ਕਾਹਦਾ ਓਏ ਆਪਾਂ ਜ਼ਿਆਦੇ ਇਕੱਠ ਦਾ ਕਰਿਆ ਨੀ ਅੱਛਾ ਆਪਾਂ ਨੂੰ ਕੁੜੀ ਮਿਲ ਗਈ ਬਾਹਰਲੀ ਬਾਹਰਲੀ ਹਾਂ ਅਸਾਂ ਤਾਂ ਰੌਲਾ ਫਿਰ ਪਾਈ ਨੀ ਹੈਗਾ ਰੌਲਾ ਤਾਂ ਆਪਾਂ ਬਾਹਰ ਹੀ ਕਰਾਂਗੇ ਤਾਂ ਬੀਜਾ ਲੱਗੂ ਅੱਛਾ ਪਾਰ ਜਾਊ ਮੁੰਡਾ ਅੱਛਾ ਪਾਰ ਜਾਊਗਾ ਹਾਂ ਤੜਕੇ ਆਪਾਂ ਜਿਹੜੇ ਘਰ ਦੇ ਬੰਦੇ ਜਿਵੇਂ ਤੂੰ ਆ ਹੋਰ ਆ ਪੰਜ ਸੱਤ ਬੰਦੇ ਜਿਹੜੇ ਮੇਨ ਨੇ ਆਪਣੇ ਠੀਕ ਆ ਉਹਨਾਂ ਨੂੰ ਸੱਦ ਕੇ ਪੂਰਾ ਟੈਂਟ ਲਾਇਆ ਪੂਰਾ ਪ੍ਰੋਗਰਾਮ ਕਰੇਗਾ ਹਾਂ ਪੂਰਾ ਕਰਾਂ ਕੀ ਮੰਗਦਾ ਕੱਦੂਆਂ ਕੱਦੂਆਂ ਤੋਂ ਅੱਛਾ ਹਾਂ ਉੱਥੇ ਕੱਲੂ ਮਟਰ ਪਨੀਰ ਚੱਲੂ ਮਟਰ ਪਨੀਰ ਚੱਲੂ ਅੱਛਾ ਆਲੂ ਪਾਲਕ ਪੌੜਾ ਪੂਰਾ ਗੱਲ ਤਾਂ ਪੱਕੀ ਆ ਤੇਰੀ ਰੋਜ ਚੱਲੂਗਾ ਕੱਦੂ ਨਾਲ ਮੱਥਾ ਮਾਰੀ ਜਾਣਾ ਫਿਰ ਤੜਕੇ ਤਾਂ ਪਹੁੰਚਾਂਗੇ ਹੋਰ ਤੂੰ ਤਾਂ ਉਹ ਐ ਕਰੀ 10 ਵਜੇ ਤੋਂ ਲੇਟ ਨਾ ਹੋਈ ਠੀਕ ਆ ਕੋਈ ਨਾ ਪੂਰਾ ਜੱਟ ਬੱਚ ਕੇ ਪੂਰਾ ਨਾਚ ਨੂਚ ਪ੍ਰੋਗਰਾਮ ਆਪਣਾ ਪੂਰਾ ਕਰਾਂਗੇ ਪੂਰਾ ਪ੍ਰਬੰਧ ਹੈਗਾ ਹਾਂ ਇੱਕ ਤਾਂ ਮੁੰਡਾ ਆਪਣੇ ਅੱਛਾ ਅੱਛਾ ਉਹਦਾ ਪ੍ਰੋਗਰਾਮ ਪੂਰਾ ਕਰਾਂਗੇ ਹੱਥਾਂ ਦਾ ਵੀ ਹੋਣਾ ਫਿਰ ਜੰਗਾੜ ਹੱਥਾਂ ਦਾ ਵੀ ਕਰਾਂਗੇ ਜਿਹੜੇ ਮੇਨ ਬੰਦੇ ਨੇ ਉਹਨਾਂ ਦਾ ਹੱਥਾਂ ਦਾ ਵੀ ਕਰਾਂਗੇ ਠੀਕ ਆ ਬਾ ਕੋਈ ਨਹੀਂ ਦਿਨੇ ਵਾਲਾ ਵੀ ਕਰਾਂਗੇ ਤੇ ਪਹਿਲਾ ਵਾਲਾ ਵੀ ਜਮਾ ਫਿਕਰ ਨਾ ਕਰ ਇਹਦਾ ਰੱਬ ਨੇ ਆਪਣੀ ਜਮੀ ਸੁਣ ਲਈ ਠੀਕ ਆ ਆਪਾਂ ਨੂੰ ਕੁੜੀ ਮਿਲ ਗਈ ਪੱਕੀ ਅੱਛਾ ਉਧਰ ਨਾਲੇ ਪੈਸੇ ਧੇਲੇ ਵੀ ਜੋੜੀ ਬੈਠੀ ਆ ਅੱਛਾ ਹਾਂ ਚੱਲ ਫਿਰ ਤਾਂ ਜਮੀਨ ਗੱਲ ਬਣ ਗਈ ਫਿਰ ਤਾਂ ਹਾਂ ਗਾਹਾਂ ਦੀ ਗਾਹ ਮੁੰਡੇ ਦੇ ਰਿਸ਼ਤੇ ਹੋਰਾ ਫਿਰ ਤਾਏ ਹੋਰਾਂ ਨੂੰ ਵੀ ਲੈ ਕੇ ਆਉਂ ਆਪਣੇ ਬਾਬੇ ਹੋਰਾਂ ਨੂੰ ਨਾਲ ਉਹ ਤੇਰੀ ਮਰਜ਼ੀ ਉਹਨਾਂ ਨੂੰ ਲਾਉਣਾ ਸੁਣਿਆ ਹੋਣਾ ਵੀ ਲਾ ਦੇ ਉਹ ਵੀ ਬੰਦੇ ਆਲੇ ਲੈ ਆਉਂਦਾ ਫਿਰ ਹੋਰਾਂ ਹਾਂ ਪਰ ਮੈਂ ਕਹਿ ਦਿੰਦਾ ਰੱਬ ਤੇਰਾ ਭਲਾ ਕਰੇ ਅੱਛਾ ਖੁਸ਼ੀ ਦਾ ਟਾਈਮ ਆਇਆ ਮਸਾਂ ਮਸਾਂ ਆਇਆ ਗੱਲ ਤੇਰੀ ਪੱਕੀ ਆ ਪੂਰਾ ਬਾ ਤੂੰ ਜਮਾ ਫਿਕਰ ਨਾ ਕਰ ਫਿਰ ਹਾਂ ਐ ਕਰੀ ਮੇਰਾ ਵੀਰ ਠੀਕ ਆ ਟਾਈਮ ਨਾਲ ਪਹੁੰਚ ਜੀ ਬਾ ਮੈਂ ਟਾਈਮ ਨਾਲ ਪਹੁੰਚ ਜੂ ਜਮਾ ਫਿਕਰ ਨਾ ਕਰੀ ਬਸ ਕੋਈ ਨਹੀਂ ਹਾਂ ਕਿਤੇ ਉਰੀ ਸਬਜ਼ੀ ਤੋੜੀ ਜਾਵੇ ਨਾ ਉਰੇ ਨਹੀਂ ਮੈਂ ਤਾਂ ਅੱਜ ਨਿਬੇੜ ਦੇਣਾਗਾ ਕੱਲ ਵਾਲਾ ਕੰਮ ਹਾਂ ਠੀਕ ਆ ਚੰਗਾ ਲੈ
मेनू भी ले जा की करेगा जलेबियां खा लू मैं भी सारे खांदे ने अच्छा हां ओ तू न्याणा ले जा दस अरे तू ता जदो छाना होगा के ना हां फिर बग जा करी एते मेनू बग जांदे तू ले करी आंदा हुन ओ मन्या कर देने डैट आउन वाली आ तू जाके डैट चला दा डंगरा नु पानी पूनी चल ना लेके जा फिर हैं ना लेके जा कोई नहीं फिर ले जा के मैं तेनू कोई नहीं मैं जा आंदे कोई नहीं करा अल्ली हुन लेट हो रहे हां ओ चल देओ कल कह के गड्डी कला ਕਹਿੰਦੇ ਭੋਗ ਲੱਡੂ ਕੇ ਚੱਲੀਏ ਟਾਈਮ ਹੋ ਗਿਆ 10 ਵਜਣ ਵਾਲੇ ਹੋ ਗਏ ਹੋਰ ਫਿਰ ਆਲਾ ਕਹਿੰਦਾ ਉੱਪਲੇ ਨੀ ਗੇ ਤਾਂ ਨਹੀਂ ਹੁੰਦਾ ਜਾਣੀ ਪੈਂਦਾ ਭਈ ਵਾਲੇ ਤੇ ਕਾਲਾ ਸੁਨੇਹਾ ਲਾ ਗਿਆ ਦੀ ਕਹਿੰਦਾ ਮੁੰਡੇ ਦੇ ਸਾਗਨ ਤੇ ਆ ਜੀ 10 ਵੱਜ ਗਏ ਤੇ ਚੱਲ ਕਿਤੇ ਲੇਟ ਨਾ ਹੋ ਜਾਈਏ ਲੇਟ ਤਾਂ ਕੀ ਆ 10-11 ਵਜੇ ਤੱਕ ਹੀ ਭਖਦਾ ਆ ਕਰਲਾਲ ਕਿੱਧਰ ਫਿਰਦਾਗਾ ਮੈਂ ਠੀਕ ਆ ਹਾਂ ਠੀਕ ਆ ਠੀਕ ਆ ਠੀਕ ਤੂੰ ਕਿੱਧਰ ਫਿਰਦਾ ਕਰਲਾਲਾ ਮੈਂ ਤਾਂ ਕਹਿੰਦੇ ਭੋਗ ਤੇ ਜਾਣਾ ਕਿੰਨਾ ਦੇ ਉਹਨੇ ਬੁੜਾ ਮਰ ਗਿਆ ਸੀ मुंडे दा शकना कहिंदा पहुंची अच्छा एक नहीं पता गया पक्का आपां गुरु घर चलांगे हां चल आए कर देंगे तू उधर गुरु घर लंघ जी मैं उधर लंघ जी ओदे घर नु अच्छा देख ले कट कुट किन्ना देख दे गुरु घर चलांगे गुरु घर मैं भाग जूंगा फिर हां हां ठीक है चंगा एडा माड़ा बंदा काला हैं मेनू कहंदा अरे बोली मर गई कहंदा उधर कहंदा भी आ जी ओ ते महला चल जाया उन्हें बैठया ने बंदा जदों मैं गया बूढ़ी मेनू जाके मैं तां थल्ली बैठना थी बूढ़ी आ गई चाह लेके मैं तो बग्गा हो गया सोडी भैन दे भूत किधरों आ गया होए जो मैं रौला जा पाया मेरे तो आले दुआले हो गए मैं तो उत्थे कुट कुट के मारदा ते मैं तो मसा भज्जिया यही जी तो मेरे नाल करी उहने बिठाउंदे ने ओह कट्ठे होए अज है ये तो कदे पहला नहीं देखे ओए होर भी भीम सिंह किधर फिरदा ठीक है ताया किधर जा रहा है मैं तो काले दे मुंडे दा सागन आ गया अज मैनू स्नेहा ला के गया थी कल अच्छा 10 वजे पहुंची मैं तो उधर जाना गा ठीक है तू भाई ओए ਉਹ ਮੈਂ ਤਾਂ ਕੱਲ ਮੈਨੂੰ ਸੁਨੇਹਾ ਆਇਆ ਜੁੱਤੇ ਕਾਲਾ ਖੇਤ ਅੱਛਾ ਕਹਿੰਦਾ ਡੱਡੂ ਦਾ ਬੁੜਾ ਮਰ ਗਿਆ ਅੱਛਾ ਹੁੰਦੇ ਭੋਗ ਤੇ ਜਾਂਦੇ ਆ ਓਏ ਤੁਸੀਂ ਕਿੱਥੇ ਭੋਗ ਤੇ ਜਾਓਗੇ ਉਹ ਅੱਜ ਮੈਂ ਉੱਥੋਂ ਟੂਕਣਾ ਕੁੱਟ ਗਿਆ ਸੀ ਮੇਰਾ ਕੀ ਹੋ ਗਿਆ ਕੀ ਹੋ ਗਿਆ ਮੈਨੂੰ ਵੀ ਕਹਿੰਦਾ ਉਹਨਾਂ ਦੀ ਬੁੜੀ ਮਰ ਗਈ ਕਹਿੰਦਾ ਆ ਜੀ ਕਹਿੰਦਾ ਅੱਛਾ ਮੈਂ ਜਾ ਕੇ ਬੈਠਾ ਜਦੋਂ ਮੈਂ ਤਾਂ ਹੁਣ ਥੱਲੇ ਬੈਠਣੀ ਸੀ ਜਾ ਕੇ ਥੱਲੇ ਬੈਠਣੀ ਸੀ ਉਹ ਤਾਂ ਬੁੜੀ ਚਾਹ ਦਾ ਗਲਾਸ ਲੈ ਕੇ ਆ ਗਈ ਬਾਬਾ ਜੀ ਆ ਗਏ ਅੱਛਾ ਉਹੀ ਬੁੜੀ ਹਾਂ ਮੈਂ ਤਾਂ ਬਈ ਡਰ ਗਿਆ ਬੱਗਾ ਹੋ ਗਿਆ ਅੱਛਾ ਮਹਾ ਇਹ ਪੂਤ ਕਿੱਧਰੋਂ ਆ ਗਿਆ ਓਏ ਮੈਂ ਤਾਂ ਬਈ ਝਿਆੜ ਮਾਰੀ ਜਦੋਂ ਝਿਆੜ ਮਾਰੀ ਗਵਾਂਢੀਆਂ ਨੇ ਡੰਗੇ ਲੈ ਕੇ ਆ ਕੇ ਡਾਂਗਾ ਖੜ ਕੇ ਮੇਰੇ ਤਾਲੇ ਦਾਲੇ ਅੱਛਾ ਕਹਿੰਦੇ ਵਿੱਚ ਕਿਤੇ ਚੋਰ ਆ ਗਿਆ ਅੱਛਾ ਫਿਰ ਮੈਂ ਤਾਂ ਵੀ ਉਹਨਾਂ ਤੋਂ ਮਸਾ ਪੈਂਡਾ ਛਡਾ ਕੇ ਬਗਿਆ ਅੱਛਾ ਤੇ ਤੁਸੀਂ ਕੀ ਮੰਗਦੇ ਉੱਥੇ ਕਿਹੜਾ ਕੁਛ ਨਹੀਂ ਹੈਗਾ ਉਹ ਤਾਂ ਥਾਲਾ ਪਕਾਈ ਮਾਰ ਗਿਆ ਉਹੀ ਕੰਜਰ ਅੱਛਾ ਉਹੀ ਪੱਥਰ ਮਾਰ ਗਿਆ ਤੇ ਨੂੰ ਹੋਰ ਇਹ ਜੇ ਕੰਮ ਤੇ ਹੋ ਰਿਹਾ ਤਾਂ ਕੀ ਮੰਗਦੇ ਉਹ ਚੱਲੀਏ ਤੁਸੀਂ ਆਪਦਾ ਘਰ ਨੂੰ ਚਲੋ ਹੁਣ ਵੀ ਚੱਲੀਏ ਹਾਂ ਘਰ ਨੂੰ ਚਲੋ ਉੱਥੇ ਜ਼ਰੂਰੀ ਡਾਂਗਾ ਕਾਣੀਆਂ ਨੇ ਤੁਸੀਂ ਬੜਾ ਗਲਤ ਕਰਿਆ ਕੰਮ ਬੰਦਾ ਬਾੜਾ ਨਿਕਲਿਆ ਲੈ ਉਹਨੇ ਤਾਂ ਖੌਰੂ ਪਾ ਰੱਖਿਆ ਸੀ ਬਾਈ ਚੱਕਰਾਂ ਚ ਪਾਉਂਦਾ ਫਿਰਦਾ ਸੀ ਹਾਂ ਕੁਛ ਨੀ ਹੈਗਾ ਉੱਥੇ ਤਰਿਆ ਪਿਆ ਬਾਈ ਕੋਈ ਸਾਗਨ ਨੀ ਕੋਈ ਸਲਾਮੀ ਨੀ ਹਾਂ।